ਤੇ ਉਹ ਕਹਿੰਦੀ 10 ਗੋਲੇ ਲੱਡੂ ਬਣਾਉਣੇ, ਉਹ ਵੀ ਸਮਾਨ ਲਿਆਵਾਂਗੇ ਠੀਕ ਆ। ਮੈਂ ਤੇ ਡੈਡੀ ਜੀ ਚੱਲੇ ਸੀਗੇ ਵੇਸਣ ਜਿਹੜਾ ਘਰੇ ਬਣਾ, ਜਿਹਨੂੰ ਆਪਾਂ ਠੋਸ ਤਰੀਕੇ ਵਿੱਚ ਭਾਂਡਾ ਕਹਿ ਦਿੰਦੇ ਹਨਾ ਡੈਡੀ ਜੀ, ਪੰਜਾਬੀ ਤਰੀਕੇ ਵਿੱਚ ਪੂਰਾ। ਅਤੇ ਥੋੜ੍ਹਾ ਸਮਾਨ ਮੈਂ ਕਿਹਾ ਅਸੀਂ ਵੀ ਲੈ ਆਈਏ, ਖਾਣਾ ਤਾਂ ਡੈਡੀ ਹੋਣਾ ਹੁੰਦਾ ਕਿਉਂਕਿ ਇਹ ਅਜੇ ਇਹਨਾਂ ਨੂੰ ਬਜ਼ੁਰਗਾਂ ਵਾਸਤੇ ਚੰਗਾ ਆ। ਆਪਣੇ ਆਪ ਖਾਈਏ ਤਾਂ ਮੁੜ ਕੇ ਗਰਮੀਆਂ ਵਿੱਚ ਗਰਮੀ ਜੀ ਬੜੀ ਲੱਗਦੀ, ਵੈਸੇ ਮੈਂ ਬਹੁਤ ਘੱਟ ਖਾਂਦਾ ਹਾਂ। 9:30 ਹੋਏ ਆ ਅਤੇ ਦੁਕਾਨ ਬੰਦ ਹੋ ਗਈ ਇੱਕ, ਤਾਂ ਇੱਥੇ ਆਪਣੇ ਨੇੜੇ ਸੀਗੀ ਦੁਕਾਨ, ਉਹ ਬੰਦ ਹੋ ਗਈ, ਹੁਣ ਬੱਸ ਸਟੈਂਡ ਲਾ ਕੇ ਚੱਲੇ ਹਾਂ ਇੱਕ ਦੁਕਾਨ ਉਹ ਹੈਗੀ ਆ, ਅਤੇ ਜਿਹਦੇ ਤੋਂ ਚੰਗਾ ਸਾਰਾ ਸਮਾਨ ਮਿਲ ਜਾਂਦਾ, ਵੇਸਣ ਵੁਸਣ ਵਗੈਰਾ ਸਾਰਾ ਜਿਹੜਾ ਮਟੀਰੀਅਲ ਆ, ਉਹ ਹੁਣ ਉੱਥੇ ਚੱਲੇ ਹਾਂ। ਆਉਣ ਵਾਲੀ ਦੁਕਾਨ 'ਤੇ ਆਏ ਹੈਗੇ, ਦੌਲਤ ਰਾਮ ਦੀ ਇਹ ਵੀ ਬੰਦ ਹੋ ਗਈ ਹੈ, ਫਿਰ ਹੁਣ ਘਰ ਇੱਦਾਂ ਵਾਪਸ ਹੀ ਜਾਣਾ ਪਏਗਾ। ਹੁਣ ਆਹ ਦੁਕਾਨ ਖੁੱਲ੍ਹੀ ਆ, ਪਤਾ ਨਹੀਂ ਭਾਟੀਆਂ ਦੀ ਕਿੰਨਾ ਦੀ ਦੁਕਾਨ ਹੈ ਇਹ ਪਤਾ ਨਹੀਂ, ਹੁਣ ਤਰਲੋਕ ਚੰਦ ਪ੍ਰੇਮ ਚੰਦ, ਤਰਲੋਕ ਚੰਦ ਪਰ ਪ੍ਰੇਮ ਚੰਦ। ਵੇਸਣ ਕਢਾ ਲਿਆ, ਗੁੜ ਪਾ ਲਾਂਗੇ ਕਿਉਂਕਿ ਡੈਡੀ ਜੀ ਨੂੰ ਸ਼ੂਗਰ ਆ, ਉਹਨਾਂ ਖੰਡ ਨਹੀਂ ਨਾ ਲੈਣੀ ਕਿਲੋ ਗੁੜ। ਸਮਾਨ ਕਰਾ ਲਿਆ ਆਪਾਂ, 1500 ਤਾਂ ਕਿੰਨੇ ਪੈਸੇ ਬਣ ਗਏ। ਹੁਣ ਆਪਾਂ ਫਿਰ ਕਾਨਵਾ ਰੋਡ ਤੋਂ ਸਮਾਨ ਲਿਆ ਕਿਉਂਕਿ ਦੁਕਾਨਾਂ ਹੋਰ ਨਹੀਂ ਕੋਈ ਖੁੱਲ੍ਹੀਆਂ, ਬਾਕੀ ਬੰਦ ਹੋ ਗਈਆਂ, ਇਹ ਵੀ ਬੰਦ ਹੋਣੀ ਵਾਲੀ ਕਰਤੀਆਂ, ਲਾਈਟਾਂ ਬੰਦ ਹੋਵੇ ਇਹਨਾਂ ਨਾਲ ਹੀ ਅਗਲੇ ਨੇ, ਅਸੀਂ ਲਾਸਟ ਗਾਹਕ ਹੀ ਬਸ ਕਿ ਨਹੀਂ, ਠੰਡ ਠੰਡ ਡੈਡੀ ਨੇ ਰੱਖਿਆ ਪੈਰਾਂ ਸਮਾਨ। ਹੁਣ ਅਤੇ ਇੱਕ ਕਰੀਮ ਜੀ ਲੈ ਲਈ ਸੰਦੀਪ ਆ, ਉਹ ਨਾ ਮੁੱਕ ਗਈ ਆਪਣੇ ਕੰਨੀ ਵਿਆਹ ਦੀ ਪਈ ਹੈਗੀ, ਉਹ ਮੁੱਕ ਗਈ, ਅਤੇ ਫਿਰ ਇੱਕ ਵੈਸਲੀਨ ਦੀ ਉਹ ਲੋਸ਼ਨ ਉਹ ਲੈ ਲਿਆ। ਹੁਣ ਘਰ ਜਾ ਰਹੇ ਹਾਂ, ਟਾਈਮ ਵੀ ਕਾਫੀ ਹੋ ਗਿਆ ਵਾ, 9:40 ਹੋ ਗਏ ਆ, ਅਤੇ ਕੱਲ੍ਹ ਨੂੰ ਹੁਣ ਬਣਾਵਾਂਗੇ, ਹੁਣ ਨਹੀਂ ਬਣਾਉਣਾ, ਹੁਣ ਠੰਡ ਬਹੁਤ ਆ ਵੀ, ਕੱਲ੍ਹ ਨੂੰ ਬਣਾਵਾਂਗੇ ਕਿਉਂਕਿ ਹੁਣ ਨਾਲੇ ਹਨੇਰਾ ਬਹੁਤ, ਜੇ ਹੁਣ ਬਣਾਉਣ ਲੱਗ ਗਏ ਤਾਂ 12 ਕਿਤੇ ਨਹੀਂ ਜਾਂਦੇ, 12 ਵੱਜਣੇ ਕਿ ਨਹੀਂ ਡੈਡੀ, ਇੰਨਾ ਕੁ ਟਾਈਮ ਹੋਊਗਾ। ਕਿਹੜੀ ਚਾਦਰ ਹੈ ਛੋਟੀ ਆ, ਨਹੀਂ ਆਈ ਇੱਥੇ, ਬਸ ਉਹ ਕੱਲੀ ਕਰਨੀ ਪੈਣੀ ਚੇਂਜ, ਬਾਕੀ ਤਾਂ ਨਹੀਂ ਕੋਈ, ਸਾਡੇ ਬੈੱਡ 'ਤੇ ਆ ਗਈ ਆ ਜਿਹੜੀ, ਨਹੀਂ ਉੱਦਾਂ ਇੱਥੇ ਕਿੰਨੀ ਕੁ ਲਮਕਦੀ, ਦੋਨੋਂ ਸਾਈਡ ਇੰਨੀ, ਦੋਨੋਂ ਸਾਈਡ ਆ, ਫਿਰ ਤਾਂ ਆ ਹੀ ਜਾਊਗੀ ਹੈ ਨਾ। ਇਹਦੇ 'ਚ ਮਤਲਬ 150 ਰੁਪਇਆ ਹੋਰ ਪਾ ਕੇ ਨਾ ਮੈਂ ਥੋੜ੍ਹਾ ਵਧੀਆ ਵਾਲਾ ਲੈ ਆਉਂਦਾ, ਆ ਇੱਕ 300 ਵਾਲਾ ਵੀ ਹੈਗਾ ਸੀ, ਫਿਰ ਨਹੀਂ ਉਹ ਨਹੀਂ ਸਹੀ ਲੱਗਾ ਮੈਨੂੰ, ਇਹ ਉਹ ਤੋਂ ਵਧੀਆ ਹੈ ਥੋੜ੍ਹਾ, ਹਾਂ ਨਾਲੇ ਉਹਨੂੰ ਭਾਰਾ ਮੰਮੀ, ਹਾਂ ਉਹਦੇ ਨਾਲ ਭਾਰਾ ਵਧੀਆ। ਮੰਮੀ ਹੁਣ ਬਣਾਉਣ ਲੱਗੇ ਨੇ ਚੁੱਲ੍ਹਾ, ਅਤੇ ਇੱਥੇ ਬਣੇਗਾ ਮਟੀਰੀਅਲ, ਤੁਹਾਡਾ ਰੋਣ ਨਾਲ ਹੀ ਧਿਆਨ ਹੁੰਦਾ, ਬਸ ਕਦੀ ਹੱਸ ਵੀ ਲਿਆ ਕਰ, ਹੈਂ ਮਟੀਰੀਅਲ ਜਿਹੜਾ ਉੱਪਰ ਲਿਆਉਂਦਾ ਇੱਥੇ, ਮੰਮੀ ਹੁਣੀ ਬਣਾਉਣਗੇ। ਆਹ ਡੈਡੀ ਜੀ ਇੱਥੇ ਰੱਖ ਦੇਵਾਂ ਸਮਾਨ, ਇੱਥੇ ਆ ਸਰ ਬਦਾਮ ਅਤੇ ਜਿਹੜਾ ਲਿਆਉਂਦਾ ਸਮਾਨ ਸਾਰਾ, ਚੁੱਲ੍ਹਾ ਆਪਣਾ ਰੈਡੀ ਹੋ ਗਿਆ ਸਾਰਾ ਸਿਸਟਮ, ਤੋਂ ਆ ਚੱਲ ਗਏਗਾ ਫਿਰ ਆਪਾਂ ਕੰਮ ਕਰੀਏ ਆਪਣਾ ਵੇਸਣ ਦਾ। ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ, ਅਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਥੰਬਨੇਲ ਟਾਈਟਲ ਤੁਸੀਂ ਦੇਖ ਲਿਆ ਆ, ਆਪਣੇ ਘਰ ਬਣਨ ਲੱਗਾ ਆ ਵੇਸਣ, ਡੈਡੀ ਹੁਣਾਂ ਨੇ ਬਦਾਮ ਜਿਹੜੇ ਆ ਉਹ ਪੀ ਦਿੱਤੇ ਨੇ, ਇਹ ਤਾਂ ਡੈਡੀ ਜੀ ਬਹੁਤ ਹੀ ਗ੍ਰੈਂਡ ਹੋ ਗਈ ਯਾਰ ਬਦਾਮ, ਉੱਦਾਂ ਇਹ ਵੀ ਜਿੱਦਾਂ ਕਿਸੇ ਜੇ ਕਿਸੇ ਦੰਦ ਦੁੰਦ ਵੀ ਨਾ ਹੋਣ ਤਾਂ ਵੀ ਖਾ ਸਕਦਾ ਕਿ ਨਹੀਂ, ਮੰਮੀ ਨੇ ਮਿੱਟੀ ਲਾ ਤੀ ਕੜਾਈ ਨਹੀਂ ਚੰਗੀ ਤਰ੍ਹਾਂ। ਵੇਸਣ ਕਿ ਤੁਸੀਂ ਆਪਣੇ ਵਾਲਾ ਪਹਿਲਾਂ ਬਣਾਉਣਾ, ਅਲਸੀ ਬਣਾ ਲਓ ਪਹਿਲਾਂ, ਸਟਾਰਟਿੰਗ ਕਰਤੀ ਡੈਡੀ ਹੁਣੀ ਪਹਿਲਾਂ ਬਣਾਉਣਗੇ ਆਪਣੀ ਅਲਸੀ,
ਥੜਾ ਵਿੱਚ ਪਾਲਾਂਗੇ ਆਟਾ, ਉਹਦੇ ਵਿੱਚ ਵਾਕਾ ਛਾਣ ਲਓ, ਕਿਤੇ ਨੀ ਕੁਛ ਹੁੰਦਾ, ਛਾਣ ਦੋ ਗਾ ਕਿਉਂ ਕਿਹੜਾ ਪਈਆਂ ਅੱਛਾ ਉੱਥੇ ਲੋਹੇ ਦਾ ਬੜਾ ਵਧੀਆ ਵਧੀਆ ਸੀ ਯਾਰ ਸਭ ਕੁਝ ਹੈਗਾ ਆਵੇ ਡੱਬੀ ਡੱਬੀ ਹੈਗੀ ਮੇਰੀ ਜੇਬ ਜਿਹੜੇ ਵਿੱਚ ਆ ਡੱਬੀ ਕਿੱਧਰ ਗਈ ਯਾਰ ਇੱਥੇ ਧੂੰਆਂ ਰੌਲੀ ਪੈ ਗਈ ਹਰਗੁਣ ਸਾਡੀ ਸੌਂ ਗਈ ਇਹਨੂੰ ਪਾ ਦੇਣਾ ਸੀ ਤੇ ਲਵੇਂ ਅੱਛਾ ਅੱਛਾ ਅਸੀਂ ਰੈਡੀ ਸਕੂਲ ਲੈ ਕੇ ਜਗ੍ਹਾ ਖਾਲੀ ਮੈਂ ਉੱਥੇ ਗੱਡੀ ਲਾ ਦਿੱਤੀ ਅੱਗੇ ਨੀ ਸਹੀ ਬਣਦੀ ਮੈਂ ਕਹਿੰਦਾ ਡੈਡੀ ਨੇ ਕਹਿਣਾ ਵੀ ਚੁੱਲ੍ਹਾ ਜਿਹੜਾ ਥੋੜਾ ਥੋੜਾ ਉੱਚਾ ਕਰ ਲਾ ਵੀ ਕਰ ਕਿੱਥੇ ਮੰਨਦਾ ਹੀ ਨਹੀਂ ਹੁਣ ਤਾਂ ਬੜਾ ਵਾ ਬਹੁਤ ਜ਼ਿਆਦਾ ਦੇਖ ਭਾਵੇਂ ਭਾਵੇਂ ਡੈਡੀ ਛੱਟੀਆਂ ਰੱਖੀਆਂ ਦੋ ਉੱਚਾ ਕਰ ਲਈ ਡੈਡੀ ਜੀ ਕਿ ਕੇਟ ਹੋਰ ਰੱਖ ਲਈਏ ਨਹੀਂ ਘੋੜੀ ਲਓ ਸੱਦੋ ਮਿਸਤਰੀ ਰਾਜ ਸਦੀ ਮਾਮਾ ਹੀ ਨੇ ਲਾਓ ਫੋਨ ਸਾਡੀ ਲੱਖਾਂ ਸਾਡੀ ਸਾਡੇ ਵਾਸਤੇ ਕਰੋੜਾਂਪਤੀ ਮੇਰੀ ਧੀ ਅਰਬਾਂ ਖਰਬਾਂ ਨੇ ਰਹਿਣ ਨੀ ਦਿੰਦਾ ਬਸ ਪਤਾ ਨੀ ਕੀ ਇਹਨੂੰ ਐਵੇਂ ਹਿਲਾਈ ਜਾਣਾ ਲੱਕੜਾਂ ਨੂੰ ਬਸ ਮੰਮੀ ਦਾਦੀ ਕੀ ਕਹਿੰਦੀ ਹੁੰਦੀ ਚੁੰਨਣੇ ਜੇ ਦਈ ਹੀ ਜਾਂਦਾ ਚੁੱਲ੍ਹੇ ਦੇ ਵਿੱਚ ਹੈਂ ਢੱਕਣ ਨੀ ਖੁੱਲਿਆ ਕਰਨਾ ਦੋ ਮੈਗਨੇਟ ਲੱਗੇ ਆ ਉਹ ਨਹੀਂ ਨਾ ਜੀ ਖਿੱਚਣ ਨੀ ਜਾਂਦੇ ਉਹ ਮੈਂ ਸ਼ਾਇਦ ਉੱਥੇ ਗੁਰਦੁਆਰਾ ਸਾਹਿਬ ਵੀ ਪਾਠ ਰੱਖਿਆ ਸਾਹਿਬ ਦਾ ਕਲਗੀਧਰ ਪਾਤਸ਼ਾਹ ਦੇ ਜਨਮ ਦਿਨ ਦਾ ਪਰ ਨਹੀਂ ਮੈਂ ਆ ਗਿਆ ਮੈਂ ਨਾਲੇ ਗਰਾਜ ਦੇ ਆਉਂਦੀ ਮੈਂ ਫਿਰ ਨਹੀਂ ਦੇ ਕੇ ਅੱਜ ਨੂੰ ਨਹੀਂ ਮੱਥਾ ਟੇਕ ਕੇ ਮੈਂ ਬੰਦੇ ਆ ਗਏ ਦੋਵੇਂ ਮੈਂ ਕਿਹਾ ਮੱਥਾ ਟੇਕ ਹੁਣ ਅਸੀਂ ਅਨੰਦਪੁਰ ਸਾਹਿਬ ਗਏ ਹਾਂ ਅਤੇ ਮੈਂ ਕਿਹਾ ਮੱਥਾ ਟੇਕ ਮੇਰੇ ਵੱਲ ਵੇਖ ਕੇ ਉੱਥੇ ਡਿੱਗ ਡੱਬੀ ਅਤੇ ਇੱਥੇ ਵੀ ਉਸੇ ਵੇਲੇ ਦੋ ਵਾਰੀ ਸਗੋਂ ਟੇਕਿਆ ਫਿਰ ਸਾਨੂੰ ਮੱਥਾ ਟੇਕ ਨਹੀਂ ਵੇਖ ਕੇ ਗਰਮ ਬਹੁਤ ਹੀ ਸੇਕ ਪੈਣ ਡਿਆ ਚੜ੍ਹਦੇ ਜਾਂਦੇ ਨੜੀ ਪਾਥੀ ਲਾਓ ਭੰਨ ਕੇ ਕੋ ਸੇਕ ਅੱਗੇ ਲਾਓ ਯਾਰ ਤੁਸੀਂ ਮੈਂ ਜਦੋਂ ਕਹਿਣ ਡਿਆ ਮੇਰੇ ਜਿੱਦਾਂ ਮੈਂ ਕਵਾਂ ਮੇਰਾ ਦਾਦਾ ਸੀਗਾ ਪੜਦਾਦਾ ਉਹਦਾ ਨਾਮ ਸੀ ਘਸੀਟਾ ਸਿੰਘ ਉਹਦਾ ਗੁਰਮੇ ਦਾਦਾ ਜੀ ਦਾ ਨਾਂ ਮੇਰੇ ਦਾਦਾ ਜੀ ਦਾ ਨਾਂ ਅੱਛਾ ਅੱਛਾ ਉਦਾਂ ਫਿਰ ਉਹ ਜਦੋਂ ਜਦੋਂ ਨਾ ਇੰਦਰਾ ਗਾਂਧੀ ਮਰੀ ਨਾ ਉਹ ਸਾਡੇ ਨਾਲ ਪਹਿਲਾਂ ਲੜ ਕੇ ਗਿਆ ਤੇ ਉਹ ਬੰਬੇ ਚਲ ਗਿਆ ਚਾਚੇ ਹੋਣਾਂ ਨੂੰ ਮੁੜ ਕੇ ਇੰਦਰਾ ਗਾਂਧੀ ਮਰੀ ਤੇ ਉਹ ਚਾਚੇ ਨੂੰ ਪਤਾ ਲੱਗਾ ਵੀ ਚਾਚਾ ਜਗੀਰ ਸਿੰਘ ਤੇ ਇਹ ਮੁੜ ਕੇ ਤੁਰ ਕੇ ਹੀ ਜਿੰਨਾ ਇੱਥੋਂ ਅੰਮ੍ਰਿਤਸਰ ਆ ਨਾ ਇੰਨੀ ਦੂਰ ਦੂਜਾ ਨਿਕਲ ਚਾਚਾ ਰਹਿੰਦਾ ਸੀ ਪੈਸੇ ਜੇਬ 'ਚ ਹੋਣੇ ਅਤੇ ਇਹਨੇ ਬੰਬੇ ਤੁਰ ਕੇ ਉੱਧਰ ਉੱਧਰ ਹੀ ਜਿੱਦਾਂ ਇੱਥੋਂ ਅੰਮ੍ਰਿਤਸਰ ਇੰਨਾ ਉਹ ਮੁੜ ਕੇ ਜਦੋਂ ਇੰਦਰਾ ਗਾਂਧੀ ਮਰੀ ਕਿਸੇ ਨੇ ਮਾਰਤਾ ਸਾਨੂੰ ਲੱਭਾ ਹੀ ਨਹੀਂ ਉੱਤੇ ਨਾ ਭਰਾਵਾ ਪਾ ਦੀ ਕਿਤੇ ਮੰਮੀ ਦੇ ਮੈਨੂੰ ਇਹੋ ਚਿੰਤਾ ਜੀ ਭੁੱਜ ਗਈ ਆ ਭਰਾਵਾ
ਚੱਲ ਵੀ ਪਾ ਦੇ ਸ਼ੇਰਾ, ਪਾ ਦੇ ਪਾ ਦੇ ਹੁਣ ਸੁੱਤ ਦੋ ਸੁੱਟਣਾ ਵਿੱਚ ਥੱਲੇ ਕਿਉਂ ਕੀਤੀ ਤੂੰ? ਉਹ ਰੋਸ਼ਨੀ ਨਹੀਂ ਆਉਂਦੀ ਯਾਰ ਚੰਗੀ ਤਰ੍ਹਾਂ। ਰਿੰਗਲੈਂਡ ਦਾ ਗਾਣਾ ਠਾਂ ਕਰਨ ਅਤੇ ਉਹ ਯਕਦਮ ਆ ਗਈ ਤਾਂ ਉਹਦੀਆਂ ਚੁੰਡੀ ਭਰੀ ਗਈ ਹੱਥ 'ਚ, ਵੱਡਿਆ ਉਹ ਚੁੰਡੀ 'ਚ ਭਰੀ ਗਈ, ਨੀਲ ਜਿਹਾ ਪੈ ਗਿਆ, ਖੂਨ ਨਹੀਂ ਇਕੱਠਾ ਹੋ ਜਾਂਦਾ ਜਿੱਦਾਂ ਉੱਦਾਂ। ਹੁਣ ਆ ਗਈ ਆਪਣੇ ਵਿਅਸਣ ਦੀ ਵਾਰੀ, ਮੰਮੀ ਹੁਣਾਂ ਨੇ ਤਾਂ ਆ ਕਰ ਲਈ ਆ, ਇਹਨੂੰ ਕੀ ਕਹਿੰਦੇ ਅਲਸੀ, ਅਲਸੀ ਭੁੰਨ ਲਈ ਆ ਹੈ ਨਾ, ਹਰਗੁਣ ਸੁੱਤੀ ਆ। ਨਹੀਂ ਨਹੀਂ ਵੇਸਣ ਆਪਣਾ ਵੱਖਰਾ ਕੇ, ਆਪਣਾ ਵੱਖਰਾ ਕੇ, ਆਪਣੇ ਵਾਲੇ ਚ ਖੰਡ ਪਾਉਣੀ ਨਾ, ਆਹ ਮੰਮੀ ਹੁਣ ਆਪਣਾ ਗੁੜ ਵਾਲਾ ਇਹ ਕਿਹਦਾ ਬਣ ਡਿਆ, ਇਹ ਚ ਪਾਉਣ ਡਿਆ? ਅੱਛਾ ਵੇਸਣ ਤੇ ਦੋ ਕਿਲੋ ਲਿਆਂਦਾ ਸੀ। ਅੱਛਾ 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 ਠੀਕ ਠੀਕ ਆ। ਅੱਛਾ ਆਪਣਾ ਜਾ, ਇਹ ਵੀ ਸਹੀ ਹੈ ਯਾਰ, ਆਪਣਾ ਮਟੀਰੀਅਲ ਤੁਸੀਂ ਤਿਆਰ ਕਰ ਲਓ ਪਹਿਲਾਂ। ਮੰਮੀ ਜਿਹੜਾ ਥੋੜ੍ਹਾ ਜਿਹਾ ਆਟਾ ਰੱਖਿਆ ਉਹ ਵੀ ਨਾਲ ਹੀ ਭੁੰਨ ਲਓ ਵਿੱਚ ਪਾ ਕੇ ਪਾ ਲਿਆ। ਚੱਲ ਸਹੀ ਹੈ ਠੀਕ ਹੈ। ਚੁੱਲ੍ਹਾ ਤੁੰਨਿਆ ਮੈਂ ਕਹਿੰਦਾ ਇੱਕ ਕਿੱਟ ਹੋਰ ਲਾ ਲਓ ਵੀ ਡੈਡ ਜੀ, ਤੁਸੀਂ ਵੀ ਨਹੀਂ ਗੱਲ ਮੰਨਦੇ, ਥੋੜ੍ਹਾ ਜਿਹਾ ਉੱਚਾ ਹੋਵੇ ਬੰਦਾ ਕੁਰਸੀ 'ਤੇ ਬੈਠਾ ਵੀ ਇਹਨੂੰ ਹਿਲਾਈ ਜਾਵੇ, ਮੁੜ ਕੇ ਭਾਵੇਂ ਪੈਰਾਂ 'ਚ ਆਉਣ ਪਵੇ ਸਭ ਕੁਝ। ਤੋੜੇ ਲਾਈ ਜਾਣ ਡੈਡੀ ਪਾਥੀ, ਇਹਨੇ ਮੁਕਾ ਦੇਣੀ ਮੰਮੀ ਡੈਡੀ ਨੇ ਪਾਥੀਆਂ ਵੇਖ ਲਈ ਜਲਦੀ। ਸਹੀ ਗੱਲ ਹਵਾ ਚੱਲਣ ਦੀ ਮਾੜੀ ਮਾੜੀ, ਉਹ ਜਿੱਦਾਂ ਉਹ ਰੱਸੀ ਜੀ ਹਲਦੀ ਨਾ। ਅਜੇ ਡੈਡੀ ਹਰਗੁਣ ਬਾਰੇ ਗੱਲਾਂ ਹੀ ਕਰਨ ਡੇ ਆ, ਨਾਲ ਹੀ ਕਹਿਤਾ ਦਾਦਾ ਡੈਡੀ ਨੇ ਜੀ ਗੱਲਾਂ ਕਰਨ ਡੇ, ਜਦੋਂ ਸਾਡੀ ਹਰਗੁਣ ਬੋਲਣ ਲੱਗ ਪਏ ਇਹਨੇ ਕਹਿੰਦੇ ਦਾਦੂ ਪਿੰਨੀ ਹੈਗੀ, ਉਹਨੇ ਚੈਨੂੰ ਕਹਿੰਦੀ ਦਾਦਾ ਦਾਦਾ ਕਿੱਥੇ ਦਾਦਾ ਦਾਦਾ ਕਿੱਥੇ ਹਰਗੁਣ ਦਾਦਾ ਕਿੱਥੇ ਆ ਤਾ ਚਾਚੀ ਕਾ ਬੁਲਾਉਣ ਦੀ ਨੀ ਰਾਜਾ ਕਰਦੀ ਜਿਹੜੇ ਕਰਦੀ ਲੈ, ਇਹਨਾਂ ਕੋਲ ਬੈਠਾ ਨੀ ਜਾਣ ਡਿਆ, ਇਹਨਾਂ ਇਹਨਾਂ ਬਣਾਉਣੀਆਂ ਪਿੰਨੀਆਂ ਤੇ ਇਹਨਾਂ ਬਣਾਉਣੀ ਪੰਜੀਰੀ ਹੈ। ਡੈਡੀ ਤੇ ਹੁਣ ਸੰਦੀਪ ਲੱਗ ਪਏ ਬਣਾਉਣ, ਹਰਗੁਣ ਨੂੰ ਚੁੱਕ ਲਿਆ ਮੰਮੀ ਜੀ ਨੇ, ਰਿੰਗ ਲਾਈਟ ਜਿਹੜੀ ਜੀ ਲਗਾ ਲਈ ਆ। ਉਹ ਜੇ ਤੁੰਨੀ ਜਾਣ ਡਿਆ ਜੀ, ਉਹਨੂੰ ਪੋਲਾ ਕਰੋ ਚੁੱਲ੍ਹੇ ਨੂੰ ਮਾਸਾ, ਕਿੱਥੇ ਪੋਲਾ ਤੁੰਨਿਆ ਸਾਹ ਉਹਦਾ ਨਿਕਲ ਨਹੀਂ ਡਿਆ, ਸਹੀ ਗੱਲ ਘੁੱਟਿਆ ਵਾ ਸਾਹ ਉਹਦਾ, ਸਹੀ ਗੱਲ ਲੈ ਆ ਜਿਹੜੀਆਂ ਪਾਥੀਆਂ ਚ ਬਲਦੀਆਂ ਉਹ ਕੱਢੀ ਜਾਣ ਡੇ, ਜਿਹੜੀਆਂ ਸਵਾਹ ਹੋਈਆਂ ਉਹਨਾਂ ਨੂੰ ਕੱਢਣ ਡੇ, ਲੈ 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 ਕੀ ਕਰਨ ਡਿਆ ਡੈਡੀ, ਲੈ ਯਾਰ ਤੁਹਾਨੂੰ ਸੀਖ ਫੇਰਨਾ ਸਾਰੇ ਨੂੰ, ਲਾਓ ਕੜਾਈ ਨੂੰ ਥੱਲੇ ਇੱਟਾਂ ਪਰਾਂ ਕਰੋ, ਨਹੀਂ ਨਹੀਂ ਕੜਾਈ ਚੁੱਕੋ ਇੱਟਾਂ ਲਾਓ, ਮੈਂ ਮਾੜਾ ਕਈ ਨਵਰਾਂ ਕਰਾਂ ਇਹਨੂੰ।
ਚੰਗੇ ਵਾਲੇ ਨਾ ਬਣਨੀਆਂ ਉੱਤੇ ਦਾ ਪੈਟਰੋਲ ਪਾਇਆ ਜਿੱਦਾਂ ਮਨਿੰਦਰ ਨੇ ਆਪਣਾ ਹੱਥ ਰੂਲ ਲਿਆ ਸੀ ਸਹੀ ਗੱਲ ਦਾਦਾ ਮਾੜਾ ਜਿਹਾ ਚੁੰਡੀ ਉੱਤੇ ਕੱਚਾ ਵੇਸਣ ਸੁੱਟ ਕੇ ਵੇਖੋ ਕਿੰਨਾ ਰੰਗ ਦਾ ਫਰਕ ਪਿਆ ਫਿਰ ਪਤਾ ਲੱਗ ਜਾਣਾ ਚੁੰਡੀ ਕਿਆ ਹੁਣ ਜੇ ਪਿਆ ਆਹੋ ਰੰਗ ਦਾ ਫਰਕ ਪਿਆ ਡੈਡ ਨੂੰ ਵਾਜਾਂ ਮਾਰਨੀ ਕਿਦਾਂ ਢੇਲੀਆਂ ਬਣ ਜਾਂਦੀਆਂ ਇਹਨਾਂ ਹੁਣ ਢੇਲੀ ਬਣ ਨੂੰ ਹਟ ਗਈਆਂ ਹੋ ਜਿੱਦਾਂ ਹਾਂ ਹਾਂ ਪਿਆ ਵਾ ਹੁਣ ਜਿਹੜਾ ਭੁੱਜਾ ਦਾਦਾ ਦਾਦਾ ਇਹ ਹੈ ਅਜੇ ਹੈ ਕਸਮ ਦਾਦਾ ਦਾਦਾ ਹਾਂ ਜੀ ਹਾਂ ਇਹੀ ਹਾਂ ਦਾਦਾ ਲੈ ਮਿੱਤਰ ਪੈ ਗਿਆ ਦੇਸੀ ਘਿਓ ਪੰਜਾਬ ਦਾ ਸ਼ੁੱਧ ਘਿਓ ਦੇਸੀ ਸਿਫਤੀ ਦਾ ਘਿਓ ਸਿਫਤੀ ਲਿਖਿਆ ਇਹ ਕਿੰਨਾ ਅੱਧਾ ਕਿਲੋ ਦਾ ਰੇਟ ਡੱਬਾ ਸੀਗਾ ਹਾਂ ਕਿਲੋ ਪੈ ਹੀ ਜਾਣਾ ਫਿਰ ਸਾਨੂੰ ਕਿ ਨਹੀਂ ਹੁਣੇ ਵੀ ਜਿਆਦਾ ਸੜਨਾ ਜਾਵੇ ਟਾਈਮ ਨਾਲ ਚੁੱਕ ਲਿਓ ਹੁਣ ਅਸੀਂ ਪਾ ਲੋਗਾ ਆ ਵੀ ਨਹੀਂ ਸੜਦਾ ਮਹਾ ਖੁਰਨਾ ਹੀ ਆ ਚਲ ਪਾ ਦੋ ਗੁੜ ਮਹਾ ਖੁਰਨਾ ਵਕਤ ਥੋੜਾ ਜਿਹਾ ਸੇਕ ਪਾਣਾ ਜਦੋਂ ਉਹ ਠੰਡੀ ਹੋ ਗਈ ਨਿਕਲ ਬਾਈ ਆ ਚਲ ਮੜਿਆ ਸੇਕ ਪਾ ਲੋ ਪਰ ਅੱਗ ਮੜੀ ਜੀ ਰੱਖਿਓ ਨਾ ਨਾ ਅੱਜ ਕਿਥੇ ਹਲੇ ਤੇਰੇ ਹਾਂ ਮੰਜੇ ਤੇ ਪੈ ਤੋਂ ਪਦ ਪਦ ਯਾਰ ਚਲ ਜਿਹੜੇ ਕੰਨ ਬਦਾਮ ਪੀਏ ਉਹ ਵੀ ਠੂਠੀ ਰਹਿਣ ਦਿੰਦੇ ਠੂਠੀ ਰਹਿਣ ਦਾ ਇਹ ਬੜੇ ਆ ਬਹੁਤ ਮੁੜ ਕੇ ਸੂਈਆਂ ਵੱਜਣੀਆਂ ਵੇਖੀ ਹੁਣ ਗਾਂ ਆਪਾਂ ਆਪਣਾ ਘਰ ਬਣਾਉਣਾ ਨਾ ਕੋਠੀ ਤਿਆਰ ਕਰਨੀ ਵਧੀਆ ਫਸਟ ਕਲਾਸ ਲਓ ਥੱਕ ਗਈ ਕੱਲ ਦੀ ਡਈ ਹਿਲਾਉਣ ਇਹਨੂੰ ਫੜਾ ਦੋ ਕਹਿੰਦੀ ਮੈਂ ਹਿਲਾਉਣੀ ਆ ਉਹਨੂੰ ਫੜਾ ਦੇ ਯਾਰ ਉਹ ਕਹਿੰਦੀ ਮੈਂ ਹਿਲਾਉਣੀ ਆ ਲੈ ਬਈ ਮਿੱਤਰੋ ਵੇਸਣ ਤਾਂ ਬਣ ਗਿਆ ਆਪਾਂ ਉਸੇ ਕੜਾਈ ਚ ਉਹਨੂੰ ਕਰ ਲਿਆ ਗੁਲਦਮ ਗੁਲਦਮ ਇਹਦੇ ਹੱਥ ਹੀ ਬੜੇ ਠੰਡੇ ਹੋਏ ਮੈਂ ਕਿਹਾ ਵੀ ਇਹਦੇ ਹੱਥ ਸਿਖਾਓ ਵੀ ਹਰਗੁਣ ਦੇ ਹੱਥ ਸੇਕ ਦੋ ਹਰਗੁਣ ਹੱਥ ਸੇਕੋ ਉਦਣ ਹੁਣ ਡੈਡ ਜੀ ਉਹ ਮੰਮੀ ਹੋਣਾਂ ਨੇ ਉਹ ਸਾੜ ਦੇਣੀ ਉਹ ਕੁਰਸੀ ਡੈਡ ਜੀ ਮੈਂ ਕਹਿਣ ਡਿਆ ਜੀ ਇੱਧਰ ਡੈਡੀ ਡੈਡੀ ਨੂੰ ਲੱਗਦਾ ਸੁਣਦਾ ਨੀ ਡੈਡੀ 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 ਉਹ ਵੇਖਣ ਨੀ ਤੇਰੇ ਵਾਲੇ ਪੁੱਤਰੀ ਕੋਈ ਕੁਛ ਕਿੱਦਾਂ ਦੀ ਗੋਦਵੇਂ ਲੱਡੂ ਆ ਤੇ ਲਿਆਂਦੀ ਸੌਂਫ ਆਹਾ ਸੌਗੀ ਪਾਈ ਬੇਸਣ ਬਣਾਉਣ ਦੇ ਚੇਤਾ ਭੁੱਲ ਗਿਆ ਸੌਗੀ ਪਾਉਣ ਦਾ ਪਾਲੋ ਪਾਲੋ ਯਾਰ ਕੋਈ ਨੀ
ਪੂਰਾ ਖੰਡ ਆਪਣੇ ਕੋਲ ਥੋੜ੍ਹੀ ਆ, ਆਹ ਨੀਚੇ ਲਿਫਾਫਾ ਜਿਹੜਾ ਅਤੇ ਆਹ ਥੋੜ੍ਹੀ ਵਿੱਚ ਮੋਟੀ ਪਾ ਲਾਂਗੇ ਖੰਡ। ਹੁਣ ਇਹ ਹਿਲਾਉਣਗੇ ਬੇਸਣ, ਪਤਾ ਪਾਇਆ ਮੇਵਾ ਖਾਣੀ ਮੇਵਾ ਮੜਕਾ ਮਸਾ ਕਿੱਦਾਂ ਸੇਕ ਲੱਗਣ ਦੇ ਜੀ, ਸੇਕ ਉੱਥੇ ਤੁਹਾਨੂੰ ਛੱਡਣ ਦਿਆ ਉਹਨੇ ਸੇਕ ਲੱਗਣ ਦੇ ਆਪ ਮੈਂ ਕਹਿਣ ਦਿਆ ਉਹ ਇਹ ਛੱਡ ਜਾਣੀ ਆਹ ਪਈ ਮੈਂ ਚੱਲਿਆ ਚੱਲਿਆ ਤੂੰ ਮੇਰੇ ਤਾਈ ਕੋ ਹੱਸਣ ਦੀ ਅਰਗੋ। ਪਾਪਾ ਨੇ ਆਪਣੀ ਅਲਸੀ ਬਣਾ ਲਈ ਹੈ ਤੇ ਹੁਣ ਚੱਲੇ ਆ ਪਾਠ ਕਰਨ। ਕਿਉਂਕਿ ਹੁਣ ਸਾਡਾ ਮੈਸੇਜ ਮੰਡਾ ਕਹਿੰਦਾ ਹੁਣ ਮੈਂ ਥੱਕ ਗਿਆ ਜਿਹੜੀ ਹੁਣ ਚੱਲੇ ਸੱਚ ਪਾਠ ਕਰਨਾ ਚਾਹੀਦਾ ਅੱਜ ਪਾ ਹਿੱਦਾਂ ਸੜ ਜਾਣਾ ਆਪਣਾ ਬੇਸਣ ਵੀ ਹੋ ਚੱਲਿਆ ਤਿਆਰ ਦੇਸੀ ਘਿਓ ਪੈ ਗਿਆ ਇਹਦੇ ਵਿੱਚ ਡੱਬਾ ਇਕੱਠਾ ਕਰ ਛੱਡਿਆ ਜੀ ਰੁਕ ਜਾ ਹਰਗੁਣ ਹੁਣ ਸੌ ਗਈ ਭਾਈ ਬੁਰਾ ਖੰਡ ਪਾਤੀ ਆ ਹੁਣ ਪਰ ਉਹ ਥੋੜੀ ਆ ਤੇ ਹੁਣ ਦੂਸਰੀ ਵੀ ਪਾਵਾਂਗੇ ਵਿੱਚ ਮੋਟੀ ਖੰਡ ਵੀ ਪਾਤੀ ਥੋੜੀ ਪਰ ਲਾ ਦੋ ਮੰਮੀ ਬੜੀ ਹੋ ਗਈ ਹੋਰ ਪਾਉਣੀ ਪਾਉਣ ਬੜੀ ਹੋਣੀ ਹੋਰ ਪਾਵਾਂ ਪਾ ਲੈਂਦੇ ਆਪਣਾ ਬੇਸਣ ਤਿਆਰ ਹੋ ਗਿਆ ਮਿੱਠਾ ਮੁੱਠਾ ਠੀਕ ਆ ਅਸੀਂ ਆਪ ਹੀ ਸੁੱਕਬਰੂ ਰੱਜ ਰੱਖਿਆ ਕਿ ਆਪਾਂ ਨੂੰ ਇਹ ਪਸੰਦ ਹੈ ਇਹਨੇ ਸੱਟ ਲਾਉਣੀ ਥੱਲੇ ਉਤਰਨ ਫਿਰਦੀ ਹੈ ਉਹ ਕਿੱਦਾਂ ਉਹ ਲੈ ਉਹਦੇ ਚਲਾ ਤੇ ਕਹਿੰਦੇ ਬੰਬ ਪਟਾਕੇ ਗਾੜੀ ਆ ਗਏ ਰੁੱਖ ਇੱਧਰ ਨੂੰ ਕਰ ਲਾ ਆਪਣਾ ਮੁੱਖ ਚਲੋ ਉੱਠਣ ਦੀਆਂ ਤਿਆਰੀਆਂ ਕਰੋ ਹੁਣ ਚੁੱਕੋ ਸਮਾਨ ਹੁਣ ਮੈਂ ਰਿੰਗ ਲੈਣ ਲਾਵਾਂ ਹੁਣ ਆਪਣੀ ਸਾਰਾ ਸਮਾਨ ਤਾਂ ਮੈਂ ਲਿਆਤਾ ਥੱਲੇ ਹੁਣ ਇਹ ਬੜਾ ਕੰਮ ਥੋੜ੍ਹਾ ਜਿਹਾ ਔਖਾ ਹੁੰਦਾ ਤਾਂ ਜਿਹੜਾ ਸਮਾਨ ਖੜਿਆ ਉਹਨੂੰ ਹੇਠਾਂ ਲੈ ਕੇ ਆਓ ਹਰਗਣਾ ਮੈਂ ਤੇਰੇ ਵਾਸਤੇ ਨਾ ਢੋ ਲੈਂਦੀ ਤਾਂ ਉੱਥੇ ਬਹਿ ਕੇ ਨਾ ਤਾਂ ਤੂੰ ਟੀ ਵੀ ਵੇਖ ਸਕਦੀ ਆ ਉੱਥੇ ਉੱਪਰ ਬਹਿ ਕੇ ਉਹ ਕੀ ਕਰ ਉਹ ਉੱਥੇ ਬਹਿ ਕੇ ਨਾ ਪੁੱਤ ਤੂੰ ਟੀ ਵੀ ਵੇਖ ਸਕਦੀ ਇੱਥੇ ਬਹਿ ਕੇ ਬਹਿ ਜਾਓ ਇੱਥੇ ਬਹਿ ਜਾਓ ਬਹਿ ਜਾਓ ਗੁਲਾਬ ਸੋਹਣਾ ਲੱਗ ਰਿਹਾ ਨਾ ਮੰਮੀ ਹੁਣ ਟਾਂਕੇ ਨੁੱਕੇ ਲਾ ਕੇ ਇਹਨੂੰ ਹੁਣ ਰੱਖ ਦੇਣਾ ਪੇਟੀ 'ਚ ਸਾਂਭ ਕੇ ਜਿੱਦਾਂ ਕੋਈ ਪ੍ਰਾਹੁਣਾ ਆਇਆ ਕਰੂ ਨਾ ਉਦੋਂ ਲਿਆ ਕਰੂ ਹੈ ਆਪਣੀ ਡਿਊਟੀ ਲੱਗੀ ਚਾਹ ਤੇ ਸੰਦੀਪ ਕਹਿੰਦੀ ਹੈ ਵੀ ਸੌਂਫ ਜ਼ਿਆਦਾ ਪਾਤੀ ਮੈਂ ਫਿਰ ਆਪੇ ਬਣਾ ਲਓ ਭਰਾ ਨਾਲੇ ਚਾਹ ਬਣਾ ਉਹਦੇ ਨਾਲ ਗੱਲਾਂ ਸੁਣੋ ਇਹਨਾਂ ਦੀਆਂ ਤੁਸੀਂ ਖਾ ਕੇ ਵੇਖੀ ਹੋਣੀ ਆਪਣੇ ਲੱਸੀ ਜੀ ਕੀ ਉਹ ਹੈ ਡੈਡੀ ਸਵਾਦ ਆ ਤੁਸੀਂ ਨਹੀਂ ਖਾਧੀ ਹਲੇ ਮੈਂ ਤਾਂ ਖਾਣ ਡਿਆ ਆਪਣੇ ਨਾਲ ਵਧੀਆ ਬਣਿਆ ਸਵਾਦ ਆਹ ਵਾਲੀ ਢੋ ਜਿਹੜੀ ਹੈ ਬੈਕ ਸਾਈਡ ਮਿੱਟ 'ਤੇ ਲਾਤੀ ਆ ਠੀਕ ਹੈ ਜੱਚ ਗਿਆ ਨਾ ਕੰਮ ਇਹਦਾ ਪਰ ਸਨਮਾਇਕਾ ਬੜਾ ਪੁਰਾਣਾ ਦੇਖੋ ਇੱਦਾਂ ਦਾ ਦਾਣੇਦਾਰ ਜਿਹਾ ਬਹੁਤ ਪੁਰਾਣਾ ਚੱਲੀ ਜਾਂਦਾ ਪਰ ਚਲੋ ਕੋਈ ਗੱਲ ਨਹੀਂ ਹੁਣ ਚੱਲ ਜਾਣਾ ਆ ਇਹਨੂੰ ਨਹੀਂ ਕੋਈ ਮੋਡੀਫਾਈ ਕਰਨਾ ਮੋਡੀਫਾਈ ਕੀਤਾ ਨਾ ਤਾਂ ਇਹਨੂੰ ਕਰਨਾ ਆ ਇਹਦਾ ਇਹਦੇ ਨਾਲ ਦਾ ਸਨਮਾਇਕਾ ਲਿਆ ਦਾਂਗੇ ਅਤੇ ਇੱਕ ਅੱਧੀ ਪੱਟੀ ਜਿਹੜੀ ਵਾਈਟ ਕਲਰ ਦੀ ਪਾ ਦਾਂਗੇ
ਮੈਂ ਰਾਧਾ ਸਵੇਰੇ ਲਿਆ ਗਈਗਾ। ਮੰਮੀ ਕੱਢ ਰਹੇ ਨੇ ਮੱਖਣ, ਮਲਾਈ ਰੜਕਣ ਡੇ ਨੇ। ਸੁਖਨ ਮਲਾਈ ਵੀ ਦੁੱਧ ਥੋੜ੍ਹਾ ਚੰਗਾ ਮਿਲ ਜਾਂਦਾ ਆਪਣੇ ਇੱਥੋਂ ਨੇੜੇ, ਅਤੇ ਮੈਨੂੰ ਮੈਂ ਤਾਂ ਅੱਧਾ ਕਿਲੋ ਘਿਓ ਨਿਕਲ ਆਊਗਾ, ਕੱਲ੍ਹ ਪੈ ਜੂ ਫਿਰ ਆਪਣੇ ਵਾਲੇ ਬੇਸਣ 'ਚ। ਆਪਣੇ ਵਾਲਾ ਬੇਸਣ ਜਿਹੜਾ ਨਹੀਂ, ਥੋੜ੍ਹਾ ਜਿਹਾ ਜ਼ਿਆਦਾ ਸੁੱਕ ਭਰੂਰ ਆ ਜੇ। ਮੰਮੀ ਨੂੰ ਪਾਉਣ ਲੱਗੇ ਦੇਸੀ ਘਿਓ ਜਿਹੜਾ, ਆਹ ਮਲਾਈ ਰੜਕਣੇ ਪੌਣੀ ਲੈ ਆਇਆ ਉਹਦੇ ਵਿੱਚ, ਕਿਉਂਕਿ ਬਹੁਤਾ ਸੁੱਕ ਭਰੂਰਾ ਬਣਿਆ ਹੋਇਆ ਸਾਡੇ ਵਾਲਾ ਬੇਸਣ। ਪੱਤੀ ਵਾਲੀ ਪੌਣੀ ਜਿਹੜਾ ਸਾਡੇ ਤੈਨੂੰ ਮਾੜੀ ਜਿਹਾ।